ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ। ਅਤੇ ਇਹ ਸਾਡਾ ਅੱਜ ਰਸ਼ੀਆ ਦੇ ਵਿੱਚ ਲਾਸਟ ਡੇ ਆ। ਕੱਲ੍ਹ ਅਸੀਂ ਇੱਥੋਂ ਵਾਪਸ ਜਾਵਾਂਗੇ। ਫਿਲਹਾਲ ਅਸੀਂ ਹਾਂ ਰਸ਼ੀਆ ਦੇ ਮੋਸਕੋ ਸ਼ਹਿਰ ਦੇ ਵਿੱਚ। ਅਤੇ ਇਸ ਟਾਈਮ ਅਸੀਂ ਜਾ ਰਹੇ ਹਾਂ ਇੱਕ ਗਰੋਸਰੀ ਸਟੋਰ ਦੇ ਵਿੱਚ, ਜਿੱਥੇ ਕਿ ਮੈਂ ਕੁਛ ਖਰੀਦਣਾ ਆ, ਕੁਛ ਵਾਪਸ ਲੈ ਕੇ ਜਾਣ ਲਈ ਵੀ, ਜਿੱਦਾਂ ਕੈਂਡੀਜ਼ ਵਗੈਰਾ, ਚੋਕਲੇਟਸ, ਕੁਛ ਇੱਥੋਂ ਦੀਆਂ ਖਰੀਦੂੰਗਾ ਅਤੇ ਨਾਲ ਲੈ ਕੇ ਜਾਊਂਗਾ। ਅਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੂੰਗਾ ਕਿ ਜੇ ਤੁਸੀਂ ਰਸ਼ੀਆ ਆਉਂਦੇ ਹੋ ਜਾਂ ਇਸ ਸਿਟੀ ਦੇ ਵਿੱਚ ਆਉਂਦੇ ਹੋ ਤਾਂ ਕਿੱਦਾਂ ਤੁਸੀਂ ਆਪਣੀ ਮਨੀ ਸੇਵ ਕਰ ਸਕਦੇ ਹੋ, ਕਿੱਦਾਂ ਆਪਣੇ ਪੈਸੇ ਬਚਾ ਸਕਦੇ ਹੋ, ਜਿਹੜੀ ਚੀਜ਼ ਤੁਸੀਂ ਰੈਸਟੋਰੈਂਟ 'ਚੋਂ ਲੈਂਦੇ ਹੋ ਉਹ ਤੁਹਾਨੂੰ ਗਰੋਸਰੀ ਸਟੋਰ 'ਚੋਂ ਕਿੰਨੇ ਦੀ ਮਿਲਦੀ ਆ, ਸਾਰੀ ਡਿਟੇਲ ਮੈਂ ਤੁਹਾਨੂੰ ਸਮਝਾਵਾਂਗਾ। ਸੋ ਬਣੇ ਰਹੋ ਇਸ ਵੀਡੀਓ ਦੇ ਨਾਲ। ਮੈਂ ਤੁਹਾਨੂੰ ਹੋਰ ਦਿਖਾਉਣਾ ਇੱਥੇ ਨਾ, ਜਿੱਦਾਂ ਮੇਰੀ ਬੈਕ ਸਾਈਡ ਦੇਖੋ, ਇੱਦਾਂ ਹੀ ਇੱਥੇ ਸਾਈਕਲ ਲੱਗੇ ਰਹਿੰਦੇ ਆ, ਇਹਦੇ ਨਾਲ ਹੀ ਇਹ ਮਸ਼ੀਨ ਲੱਗੀ ਹੈ ਕਿ ਜੇ ਕਿਸੇ ਨੇ ਇੱਥੋਂ ਜਾਣ ਲਈ ਜਾਂ ਸ਼ਹਿਰ 'ਚ ਯੂਜ਼ ਕਰਨ ਲਈ ਸਾਈਕਲ ਲੈਣਾ ਆ ਤਾਂ ਇੱਥੇ ਸਾਨੂੰ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਹੀ ਪੈਸੇ ਪਾ ਕੇ, ਕੋਇਨ ਪਾ ਕੇ ਤੁਸੀਂ ਸਾਈਕਲ ਨੂੰ ਰਾਈਡ 'ਤੇ ਲੈ ਕੇ ਜਾ ਸਕਦੇ ਹੋ। ਟਾਈਮ ਦੇ ਅਕੋਰਡਿੰਗ ਹੋਏਗੇ ਚਾਰਜਸ ਕੀ ਹੈ ਇਹਦੇ ਬਾਰੇ ਮੈਨੂੰ ਨਹੀਂ ਪਤਾ। ਅਤੇ ਪੂਰੇ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਇੱਦਾਂ ਸਾਈਕਲ ਸਟੈਂਡ ਬਣੇ ਹੋਏ ਆ ਜਿੱਥੇ ਇੱਦਾਂ ਹੀ ਸਾਈਕਲ ਲੱਗੇ ਰਹਿੰਦੇ ਆ, ਅਤੇ ਲੋਕ ਇੱਥੋਂ ਲੈ ਕੇ ਜਾਂਦੇ ਆ ਸਾਈਕਲ, ਯੂਜ਼ ਕਰਕੇ ਫਿਰ ਇੱਥੇ ਹੀ ਛੱਡ ਜਾਂਦੇ ਆ। ਆਪਾਂ ਪਹੁੰਚ ਗਏ ਹਾਂ ਗਰੋਸਰੀ ਸਟੋਰ, ਅਤੇ ਇੱਥੋਂ ਪਹਿਲਾਂ ਅਸੀਂ ਖਰੀਦਣੇ ਆ ਕੁਛ ਫਰੂਟਸ, ਕੁਛ ਬਿਸਕਿਟ ਵਗੈਰਾ ਅਤੇ ਮਿਲਕ, ਨਾਲ ਅਸੀਂ ਖਰੀਦਾਂਗੇ ਵਾਟਰ, ਕਿਉਂਕਿ ਵਾਟਰ ਇੱਥੋਂ ਸਾਨੂੰ ਕਾਫੀ ਸਸਤਾ ਪੈਂਦਾ। ਉੱਥੇ ਜਿਹੜੀ ਅੱਧੇ ਲੀਟਰ ਦੀ ਬੋਤਲ ਹੈ ਸਾਨੂੰ ਪੈਂਦੀ ਆ 40 ਰੂਬਲ ਦੀ, ਅਤੇ ਇੱਥੇ 5 ਲੀਟਰ ਦੀ ਬੋਤਲ ਹੈ 30 ਰੂਬਲ ਦੀ। ਤੁਸੀਂ ਦੇਖ ਸਕਦੇ ਹੋ ਕਿੰਨਾ ਡਿਫਰੈਂਸ ਹੈਗਾ ਪ੍ਰਾਈਸ ਦੇ ਵਿੱਚ। ਅਤੇ ਚਲੋ ਫਿਲਹਾਲ ਅਸੀਂ ਕੁਛ ਖਰੀਦ ਲਈਏ। ਫਿਲਹਾਲ ਅਸੀਂ ਲਿਆ ਆ 2 ਲੀਟਰ ਮਿਲਕ ਅਤੇ 1 ਪੈਕਟ ਬ੍ਰੈਡ ਦਾ। ਜੇ ਤਾਂ ਤੁਸੀਂ ਨੋਨ ਵੈੱਜ ਖਾ ਲੈਂਦੇ ਹੋ ਫਿਰ ਤੁਹਾਨੂੰ ਥੋੜ੍ਹਾ ਭਾਵੇਂ ਈਜ਼ੀ ਹੋ ਜੇ ਬਚ, ਅਤੇ ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਹਾਨੂੰ ਇੱਥੋਂ ਇਹ ਫੂਡ ਸਸਤਾ ਪਏਗਾ। ਅਤੇ ਤੁਸੀਂ ਜੋ ਵੀ ਖਾਣਾ ਚਾਹੁੰਦੇ, ਫਰੂਟਸ, ਬ੍ਰੈਡ, ਵੈਜੀਟੇਬਲਸ, ਸਾਰਾ ਕੁਛ ਇੱਥੇ ਅਵੇਲੇਬਲ ਆ। ਆਪਣੀ ਨੀਡ ਦੇ ਅਕੋਰਡਿੰਗ ਤੁਸੀਂ ਪਰਚੇਜ ਕਰ ਸਕਦੇ ਹੋ, ਅਤੇ ਹੋਟਲ ਨਾਲੋਂ ਤੁਹਾਨੂੰ ਕਾਫੀ ਸਸਤਾ ਪਏਗਾ। ਮੈਂ ਕੀ ਕੀਤਾ ਸੀ, ਮੈਂ ਇੱਥੋਂ ਓਟਸ ਲੈ ਗਿਆ ਸੀ, ਨਾਲ ਮਿਲਕ ਲੈ ਲਈਦਾ, ਓਟ ਮੀਲ ਬਣ ਜਾਂਦਾ ਆ, ਵਧੀਆ ਆਪਣਾ ਬ੍ਰੇਕਫਾਸਟ ਹੋ ਜਾਂਦਾ ਸਵੇਰੇ। ਲਈਆਂ ਕੁਛ ਕੈਂਡੀਜ਼, ਕੁਛ ਚੋਕਲੇਟਸ ਅਤੇ ਕੁਛ ਛੋਟੇ ਜਿਹੇ ਗਿਫਟ ਵਗੈਰਾ ਨਾਲ ਲੈ ਕੇ ਜਾਣ ਲਈ। ਅਤੇ ਬਾਕੀ ਹੁਣ ਦੇਖਦੇ ਹਾਂ ਹੋਰ ਕੁਛ ਕੀ ਲੈਣਾ। ਅਸੀਂ ਲੈ ਕੇ ਫਰੂਟਸ ਵੀ ਲੈ ਲਿਆ, ਮਿਲਕ ਵੀ ਲੈ ਲਿਆ, ਬ੍ਰੈਡ ਵੀ ਲੈ ਲਿਆ, ਜਿਹੜੀ ਚੀਜ਼ ਦੀ ਸਾਨੂੰ ਲੋੜ ਸੀ ਫਿਲਹਾਲ ਤਾਂ ਅਸੀਂ ਖਰੀਦ ਲਿਆ। ਹੁਣ ਕੈਸ਼ ਕਾਊਂਟਰ ਵੱਲ ਚੱਲੇ ਹਾਂ। ਸੋ ਗਰੋਸਰੀ ਸਟੋਰ ਤੋਂ ਹੁਣ ਅਸੀਂ ਬਾਹਰ ਆ ਗਏ ਹਾਂ ਅਤੇ ਜਾ ਰਹੇ ਹਾਂ ਆਪਣੇ ਹੋਟਲ ਵੱਲ। ਅਤੇ ਬਾਕੀ ਜੇ ਤੁਸੀਂ ਇੱਥੇ ਆਉਂਦੇ ਹੋ ਅਤੇ ਆਪਣੀ ਮਨੀ ਨੂੰ ਸੇਵ ਕਰਨਾ ਚਾਹੁੰਦੇ ਹੋ, ਜੇ ਤੁਹਾਡਾ ਬਜਟ ਲਿਮਿਟਡ ਹੈ, ਤਾਂ ਮੈਂ ਤੁਹਾਨੂੰ ਪਹਿਲੀ ਤਾਂ ਇਹ ਗੱਲ ਸੁਜੈਸ਼ਨ ਦਊਂਗਾ ਕਿ ਆਪਣਾ ਜਿਹੜਾ ਟ੍ਰਿਪ ਆ ਉਹ ਘੱਟੋ ਘੱਟ ਨਹੀਂ ਤਾਂ 2 ਮਹੀਨੇ ਪਹਿਲਾਂ ਪਲੈਨ ਕਰੋ। ਇਹਦੇ ਨਾਲ ਕੀ ਹੋਏਗਾ, ਤੁਹਾਨੂੰ ਏਅਰ ਟਿਕਟ ਸਸਤੀ ਮਿਲੇਗੀ। ਜੇ ਤੁਸੀਂ ਮੰਨ ਲਓ
तीन वीक पहला प्लैन कर रहे हो तो पता ही है तुहानू कि एयर टिकट्स के जिहड़े रेट आ वो तुहानू महंगे मिलणगे। सो दो तो ढाई महीने पहला प्लैन करो जे तुहाडा वीज़ा ऑन अराइवल है किसी भी कंट्री का, तां वी तुहानू एटलीस्ट डेढ़ महीना पहला ही प्लैन करना चाहिए है, डेढ़ तो दो महीने पहला। जिन्ना ज़्यादा पहला प्लैन करोगे टिकट्स के रेट तुहानू उन्ने सस्ते मिलणगे। तो दूसरी गल जे तुसीं होटल की बजाय अपार्टमेंट बुक कर दे तो थोड़ी मनी सेव होंगी है। तो बाकी जे तुसी होटल च ठहर रहे हो होटल दे रेस्टोरेंट च जिहड़ा तुसी खाना खाओगे तो जिहड़ा तुसी आप ग्रोसरी परचेज करके जिदा फ्रूट्स वगैरह या कुछ होर इदा का जिहड़ा ग्रोसरी स्टोर तो खाण पीन लई मिल सकता है तो उहदे विच वी तुसी अपने काफ़ी पैसे बचा सकते हो। बाकी जे तुहाडे तो पैसे खुले आ तो जिथे मर्जी खाओ कोई मुश्किल नहीं है तुहानू। ये बाकी जे तुहाडा बजट लिमिटेड है मैं इस करके उहदे नाल रिगार्डिंग सजेशन दे रहा सी। तो अपार्टमेंट कोशिश करो जे तुहानू अपार्टमेंट मिल जाए उहदे विच की है तुहानू गैस उहनां दे देना है, किचन पूरा किचन दे देना है, तो पूरा उहनां ने बनाया हुंदा जिद्दां अपने बने हुंदे ना फ्लैट दे विच इस तरह अपार्टमेंट दे विच बनिया हुंदा। उहदे विच की है तुसीं फूड आप परचेज करके आप कुक कर सकते हो। तो बाकी इन्हां दा जिहड़ा फूड है ना जिहड़ा खाना खाते इत्थों दे लोग मॉस्को दे जां होर भी बाहरली कंट्रीज़ दे विच मोस्टली इन्हां दा फूड हुंदा फिक्का फिक्का हुंदा है, फिक्का फिक्का मीनस ये मसाले वगैरह बहुत घट यूज़ करते हैं। तो जिहड़ा भी ये फूड खाते असीं इन्हां ट्राई किया पर सारा कुछ फिक्का फिक्का सी, उहदे विच कोई लूण मसाला नहीं हैगा जां कुछ इदां दा सानूं कोई टेस्ट नहीं आया। बाकी एक होर ऑप्शन तुहाडे तो हो सकदा है कि तुसीं इत्थे जा सकते हो मैकडोनल हैगा इत्थे, डोमिनोज़ हैगा आ, KFC वगैरह जिहड़े हुंदे आ सारे रेस्टोरेंट सारे कितें हैगे इत्थे, तुसीं उत्थे जा सकते हो जे तुहाडा फूड इदां दा कुछ खाण दा मन हैगा जां तुसीं इदां दा खाणा पसंद करदे हो। तो बाकी हुण असीं फ्रूट्स लै लिया, मिल्क वगैरह लै लिया, ब्रैड लै लिया, जिहड़ी चीज़ सानूं लोड़ सी जिहड़ी जिहड़ी असीं खाण लई वह असीं हुण खरीद लई इत्थे। तो फिलहाल साडी गल दी वापसी आ, तो मेरियां छोटियां जिहियां कुछ टिप्स सी जिन्ना कुछ मैनूं पता आ मैं तुहानूं दस्सदा, बाकी तुसीं होर रिसर्च कर सकते हो इस टॉपिक दे पिछे। देखो मगर तुहानूं नज़र आ रहे हैं कि स्केटिंग करते पे, पता नहीं स्केटिंग कहिंदे की कहिंदे। तो चलो ये गल्लां तुसीं थोड़ा ध्यान च रखियो, बाकी तुसीं सियाणे हो मेरे नालों भी, तो बाकी जिन्ना कु मैनूं नॉलेज सी मैं तुहाडे नाल शेयर कीती है। तो मिलते हैं फिर किसी होर ब्लॉग किसी होर वीडियो, चैनल पर बने रहो, चैनल में सबसक्राइब कर लो, तो वीडियो लाइक कर दो।